प्रदर्शन होना चंडीगढ़ के बार्डर से नहीं चंडीगढ़ के विच होएगा। ਪਾਣੀਆਂ ਦੇ ਮਸਲੇ ਤੇ ਅਸੀਂ ਮੋਰਚਾ ਲਾਉਣ ਜਾ ਰਹੇ ਹਾਂ। ਸਥਿਤੀ ਬਹੁਤ ਗੰਭੀਰ ਹੈ। ਜੇ ਪਾਣੀ ਨਹੀਂ ਤਾਂ ਪੰਜਾਬ ਨਹੀਂ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਦੇ ਕਰਕੇ ਇਹਦਾ ਨਾਮ ਪਿਆ। ਤਿੰਨੇ ਦਰਿਆਵਾਂ ਦੇ ਪਾਣੀ ਦਾ ਮਾਲਕ ਪੰਜਾਬ ਹੈ। ਜਿਹੜਾ ਮਾਲਕ ਹੈ ਉਹ ਡਿਸਾਈਡ ਕਰੇਗਾ ਆਪਣੀ ਲੋੜ ਪੂਰੀ ਕਰਕੇ ਦੂਜੀਆਂ ਸਟੇਟਾਂ ਨੂੰ ਪਾਣੀ। ਇਹ ਨਹੀਂ ਅਸੀਂ ਕਹਿੰਦੇ ਵੀ ਅਸੀਂ ਰਾਜਸਥਾਨ ਦਾ ਹਰਿਆਣਾ ਦਾ ਪਾਣੀ ਬੰਦ ਕਰ ਦੇਣਾ, ਬਿਲਕੁਲ ਨਹੀਂ। ਪੰਜਾਬ ਦੇ ਕਿਸਾਨ ਇੱਕ ਹੋਰ ਵੱਡਾ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਨੇ, ਪਰ ਇਹ ਪ੍ਰਦਰਸ਼ਨ ਹੁਣ ਚੰਡੀਗੜ੍ਹ ਦੇ ਬਾਰਡਰ ਤੇ ਨਹੀਂ ਚੰਡੀਗੜ੍ਹ ਦੇ ਵਿੱਚ ਹੋਏਗਾ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਇਸ ਦਾ ਐਲਾਨ ਕਰ ਦਿੱਤਾ। ਸਾਡੇ ਨਾਲ ਬਲਵੀਰ ਸਿੰਘ ਰਾਜੇਵਾਲ ਹੁਣੀ ਮੌਜੂਦ ਨੇ। ਰਾਜੇਵਾਲ ਸਾਹਿਬ, ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਪ੍ਰਦਰਸ਼ਨ ਜਿਹੜਾ ਅਕਸਰ ਗੱਲਬਾਤ ਵੀ ਹੁੰਦੀ ਹੈ ਤਾਂ ਚੰਡੀਗੜ੍ਹ ਦੇ ਬਾਰਡਰ ਤੇ ਆ ਕੇ ਕਿਸਾਨ ਜਿਹੜੇ ਬੈਠ ਜਾਂਦੇ ਨੇ, ਪਿਛਲੇ ਦਿਨਾਂ ਦੇ ਵਿੱਚ ਵੀ ਇਦਾਂ ਹੀ ਹੋਇਆ। ਹੁਣ ਤੁਸੀਂ ਨਵੇਂ ਸੰਘਰਸ਼ ਦਾ ਐਲਾਨ ਕੀਤਾ, ਪਹਿਲਾਂ ਤਾਂ ਇਸ ਸੰਘਰਸ਼ ਦੀਆਂ ਮੁੱਖ ਮੰਗਾਂ ਕਿਹੜੀਆਂ ਨੇ, ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਤੁਸੀਂ ਕਰਨ ਦੀ ਤਿਆਰੀ 'ਚੋਂ, ਅਤੇ ਦੂਜਾ ਤੁਹਾਡਾ ਸਪਸ਼ਟ ਸੁਨੇਹਾ ਕਿ ਐਤਕੀ ਮੁਹਾਲੀ ਨਹੀਂ ਐਤਕੀ ਧਰਨਾ ਚੰਡੀਗੜ੍ਹ 'ਚ ਹੋਏਗਾ? ਇਸ ਤਰ੍ਹਾਂ ਤੁਹਾਨੂੰ ਸ਼ਾਇਦ ਯਾਦ ਹੋਏਗਾ, ਅਸੀਂ ਪਿਛਲੇ ਸਾਲ 5 ਅਗਸਤ ਨੂੰ ਕੇਂਦਰ ਸਰਕਾਰ ਨੂੰ ਨੋਟਿਸ ਦਿੱਤਾ ਸੀ। ਉਹਦੇ ਬਾਅਦ ਫਿਰ ਇੱਕ ਮੋਰਚਾ ਜੀਰੇ ਲੱਗ ਗਿਆ, ਉਹਦੇ ਕਰਕੇ ਉਹਨੂੰ ਪੋਸਟਪੋਨ ਕਰਨਾ ਪੈ ਗਿਆ। ਫਿਰ ਅਸੀਂ 17 ਜਨਵਰੀ ਤੈਅ ਕੀਤੀ, ਫਿਰ ਬੰਦੀ ਸਿੰਘਾਂ ਦਾ ਮੋਰਚਾ ਲੱਗ ਗਿਆ। ਹੁਣ ਐਤਕੀ ਫਿਰ ਨੋਟਿਸ ਦਿੱਤਾ ਹੋਇਆ। ਹੁਣ ਅਸੀਂ ਇਹਨੂੰ ਲਮਕਾਉਣਾ ਨਹੀਂ ਚਾਹੁੰਦੇ, ਕਿਉਂਕਿ ਇਸ ਵੇਲੇ ਪੰਜਾਬ ਦੀ ਸਥਿਤੀ ਬੜੀ ਮਾੜੀ ਹੈ। ਪਾਣੀਆਂ ਦੇ ਮਸਲੇ 'ਤੇ ਅਸੀਂ ਮੋਰਚਾ ਲਾਉਣ ਜਾ ਰਹੇ ਹਾਂ, ਕਿਉਂਕਿ ਰਿਪੋਰਟਸ ਆ ਗਈਆਂ ਵੀ ਪਾਣੀ ਅਸੀਂ ਲਾਸਟ ਲੇਅਰ 'ਚੋਂ ਕੱਢ ਰਹੇ ਹਾਂ। ਜਿਹੜਾ UNO ਮੁਤਾਬਕ ਤਾਂ 2025 ਤੱਕ ਪਾਣੀ ਖਤਮ ਹੋ ਜਾਏਗਾ, ਔਰ ਜਿਹੜਾ ਸਾਡੀਆਂ ਜਿਹੜੀ ਪੰਜਾਬ ਗੌਰਮੈਂਟ ਭਾਰਤ ਸਰਕਾਰ ਨੇ ਪਾਰਲੀਮੈਂਟ 'ਚ ਪੇਸ਼ ਕੀਤੀ ਰਿਪੋਰਟ, ਉਹਦੇ ਮੁਤਾਬਕ 2030 'ਚ ਪਾਣੀ ਖਤਮ ਹੋ ਜਾਏਗਾ। ਸਥਿਤੀ ਬਹੁਤ ਗੰਭੀਰ ਹੈ। ਜੇ ਪਾਣੀ ਨਹੀਂ ਤਾਂ ਪੰਜਾਬ ਨਹੀਂ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਦੇ ਕਰਕੇ ਇਹਦਾ ਨਾਮ ਪਿਆ। ਅਤੇ ਜੇ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਨਾਲ ਨਾਲ ਪੰਜਾਬੀਅਤ ਵੀ ਖਤਮ ਹੋ ਜਾਏਗੀ। ਅੱਜ ਇਸ ਗੱਲ ਦਾ ਵੀ ਅਫਸੋਸ ਹੈ ਵੀ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਫੂਡ ਗ੍ਰੇਨਸ ਕਨਵਰਟ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਅੰਨ ਪੈਦਾ ਕਰਕੇ ਦੇ ਦਿੱਤਾ, ਕਿਸੇ ਨੂੰ ਉਹਦੀ ਵੀ ਕੋਈ ਸ਼ਾਬਾਸ਼ ਨਹੀਂ, ਕੋਈ ਕਿਤੇ ਕੋਸਟ ਕੈਲਕੂਲੇਸ਼ਨ 'ਚੋਂ ਪਾਣੀ ਦੀ ਕੀਮਤ ਨਹੀਂ ਗਿਣੀ ਗਈ। ਹੁਣ ਮੈਂ ਇਹਨੂੰ ਜਦੋਂ ਸਟੱਡੀ ਕੀਤਾ ਤਾਂ ਕੰਸਟੀਟਿਊਸ਼ਨ 'ਚ ਸਟੇਟ ਲਿਸਟ 'ਚ 17 ਨੰਬਰ 'ਤੇ ਪਾਣੀ ਦਰਜ ਹੈ। ਇਟ ਮੀਨਸ ਇਹ ਸਟੇਟ ਸਬਜੈਕਟ ਹੈ, ਭਾਰਤ ਸਰਕਾਰ ਇਹਦੇ 'ਚ ਦਖਲ ਨਹੀਂ ਦੇ ਸਕਦੀ। ਪਰ ਭਾਰਤ ਸਰਕਾਰ ਜਿਹੜੀ ਮਰਜ਼ੀ ਰਹੀ ਹੋਵੇ, ਉਹਨੇ ਸਮੇਂ ਸਮੇਂ ਸਿਰ ਤਿਕੜਮਬਾਜ਼ੀ ਕਰਕੇ ਸਾਡੇ ਪਾਣੀ ਨੂੰ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ। ਤੋ ਹੋਇਆ ਇਹ ਹੈ ਵੀ 1955 ਵਿੱਚ ਪਹਿਲਾਂ ਅੰਗਰੇਜ਼ ਦੇ ਵੇਲੇ ਪਾਣੀ ਮੰਗਿਆ ਰਾਜਸਥਾਨ ਨੇ, ਰਾਜਾ ਬੀਕਾਨੇਰ ਨੇ। ਉਹਨਾਂ ਨੇ ਉਹਨੂੰ ਕਿਹਾ ਤੂੰ ਰਾਈਪੇਰੀਅਨ ਸਟੇਟ ਨਹੀਂ ਹੈ, ਤੈਨੂੰ ਪਾਣੀ ਮੁੱਲ ਮਿਲ ਸਕਦਾ, ਮੁੱਲ ਪਾਣੀ ਦਿੱਤਾ। 1955 ਵਿੱਚ ਆ ਕੇ ਇਹਨਾਂ ਨੇ ਵਰਲਡ ਬੈਂਕ ਤੋਂ ਡਰਦਿਆਂ ਨੇ ਉਹਨੂੰ ਪਾਣੀ ਡਬਲ ਕਰਤੀ ਉਹਦੀ ਸਪਲਾਈ। ਇਸੇ ਤਰ੍ਹਾਂ ਕਦੇ 1976 ਵਿੱਚ ਸਾਡੀਆਂ ਜਿਹੜੀਆਂ ਇੱਥੇ ਸਰਕਾਰਾਂ ਸੀ, ਲੀਡਰਸ਼ਿਪ ਕਮਜ਼ੋਰ ਸੀ, ਸੈਂਟਰ ਨੇ ਦਬਕਾ ਮਾਰਿਆ, ਉਹਦੇ ਥੱਲੇ ਲੱਗੇ ਰਹਿੰਦੇ ਨੇ, ਅਤੇ ਉਹਨਾਂ ਨੂੰ ਪਾਣੀ ਜਿੱਥੇ ਦੇ ਦਿੱਤਾ ਅਤੇ ਪਰ ਆਪਣਾ ਸੋਚਿਆ ਨਹੀਂ ਸਾਡਾ ਭਵਿੱਖ ਕੀ ਹੈ। ਅੱਛਾ ਰਾਜਪਾਲ ਸਾਹਿਬ, ਪਾਣੀ ਦੀ ਮੰਗ ਨੂੰ ਲੈ ਕੇ ਤੁਹਾਡਾ ਟਾਰਗੇਟ ਕੀ ਹੈ ਕਿ ਪਾਣੀ ਦੇ ਇਸ ਮਸਲੇ ਨੂੰ ਹੱਲ ਕਰਨ ਲਈ ਸਰਕਾਰ ਤੋਂ ਇਸ ਵੇਲੇ ਕਿਸਾਨ ਚਾਹੁੰਦੇ ਕੀ ਨੇ, ਕਿ ਸਰਕਾਰ ਹੈ ਜਿਹੜੀ ਇਸ ਗੱਲ 'ਤੇ ਸਹਿਮਤੀ ਦੇ ਦੇਵੇ ਅਤੇ ਤਾਂ ਜਿਹੜਾ ਹੈਗਾ ਸੈਟਿਸਫੈਕਸ਼ਨ ਹੈ? ਸਭ ਤੋਂ ਪਹਿਲਾਂ ਤਾਂ ਅਸੀਂ ਕਹਿੰਦੇ ਵੀ ਕੰਸਟੀਟਿਊਸ਼ਨ ਨੂੰ ਮੰਨਦੇ ਹੋ ਕਿ ਤਿਕੜਮਬਾਜ਼ੀ ਨੂੰ? ਜੇ ਕੰਸਟੀਟਿਊਸ਼ਨ ਨੂੰ ਮੰਨਦੇ ਹੋ, ਡਿਸਾਈਡ ਕਰੋ ਤਿੰਨੇ ਦਰਿਆਵਾਂ ਦੇ ਪਾਣੀ ਦਾ ਮਾਲਕ ਪੰਜਾਬ ਹੈ। ਜਿਹੜਾ ਮਾਲਕ ਹੈ ਉਹ ਡਿਸਾਈਡ ਕਰੇਗਾ ਆਪਣੀ ਲੋੜ ਪੂਰੀ ਕਰਕੇ ਦੂਜੀਆਂ ਸਟੇਟਾਂ ਨੂੰ ਪਾਣੀ। ਇਹ ਨਹੀਂ ਅਸੀਂ ਕਹਿੰਦੇ ਵੀ ਅਸੀਂ ਰਾਜਸਥਾਨ ਦਾ ਹਰਿਆਣਾ ਦਾ ਪਾਣੀ ਬੰਦ ਕਰ ਦੇਣਾ, ਬਿਲਕੁਲ ਨਹੀਂ। ਅਸੀਂ ਕਹਿੰਦੇ ਹਾਂ ਵੀ ਪਹਿਲਾਂ ਹੀ ਡਿਸਾਈਡ ਕਰੋ ਵੀ ਬਾਕੀ ਤਿੰਨੇ ਦਰਿਆਵਾਂ ਦੇ ਪਾਣੀ ਦਾ ਮਾਲਕ ਅਸੀਂ ਹਾਂ, ਜੇ ਅਸੀਂ ਹਾਂ ਸਾਡੀ ਲੋੜ ਪੂਰੀ ਕਰ ਦਿਉ, ਉਹਦੇ ਬਾਅਦ ਉਹਨਾਂ ਨੇ ਪਾਣੀ ਲੈਣਾ। ਸੱਤੇ ਰੇਟ ਤੈਅ ਕਰਕੇ ਲੈ ਲੈਣਾ, ਜਿਵੇਂ ਰਾਜਸਥਾਨ 1995 ਤੱਕ ਪੈਸੇ ਦਿੰਦਾ ਰਿਹਾ, ਹੁਣ ਵੀ ਰੇਟ ਤੈਅ ਕਰੇ। ਔਰ ਦਿੱਲੀ ਸਰਕਾਰ ਨੇ ਹਿਮਾਚਲ ਤੋਂ 2019-15 ਦਸੰਬਰ ਨੂੰ ਇੱਕ ਪਾਣੀ ਦਾ ਐਗਰੀਮੈਂਟ ਕੀਤਾ ਹਿਮਾਚਲ ਦੇ ਹਿੱਸੇ ਦਾ, 32 ਰੁਪਏ ਪਰ 1000 ਕਿਊਬਿਕ ਫੁੱਟ ਦੇ ਹਿਸਾਬ ਨਾਲ ਪਾਣੀ ਲਿਆ। ਤੋ ਫਿਰ ਜੇ ਹਿਮਾਚਲ ਦਾ ਪਾਣੀ ਮੁੱਲ ਵੀ ਲੈ ਸਕਦਾ ਦਿੱਲੀ, ਤਾਂ ਸਾਡਾ ਕਿਉਂ ਨਹੀਂ? ਔਰ ਸਾਡਾ ਕਹਿਣਾ ਵੀ ਸਾਡੀ ਅੱਜ ਅਸਲ ਸਾਡੀ ਕੰਡੀ 'ਚ ਜਾਨ ਆਈ ਹੈ, ਸਾਡਾ ਪਾਣੀ ਮੁੱਕ ਰਿਹਾ, ਸਾਨੂੰ ਪੂਰੇ ਖਤਰਾ ਨਜ਼ਰ ਆ ਰਿਹਾ ਵੀ ਜੇ ਪਾਣੀ ਰਿਹਾ ਪੰਜਾਬ ਬਚਣਾ ਨਹੀਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਪਹਿਲਾਂ ਇਹ ਵੰਸ ਫੋਰ ਆਲ ਡਿਸਾਈਡ ਹੋ ਜੇ ਵੀ ਇਹ ਪਾਣੀ ਦਾ ਮਾਲਕ ਕੌਣ ਹੈ। ਜੇ ਮਾਲਕ ਹੈ, ਮਾਲਕ ਦੂਸਰਿਆਂ ਨੂੰ ਦੇਵੇਗਾ ਆਪਣੀ ਲੋੜ ਪੂਰੀ ਕਰਕੇ। ਰਾਜਪਾਲ ਸਾਹਿਬ, ਪਾਣੀ ਦਾ ਮਸਲਾ ਬੜਾ ਗੰਭੀਰ ਮਸਲਾ ਹੈ, ਬਾਕੀ ਤੁਸੀਂ ਬੜਾ ਤਰੀਕੇ ਨਾਲ ਸਮਝਾ ਵੀ ਦਿੱਤਾ, ਪਰ ਪਾਣੀ ਦੇ ਮਸਲੇ ਨੂੰ ਲੈ ਕੇ ਜਿਹੜਾ ਤੁਸੀਂ ਹੁਣ ਐਲਾਨ ਕੀਤਾ ਕਿ ਸੰਘਰਸ਼ ਐਤਕੀ ਪ੍ਰਦਰਸ਼ਨ ਐਤਕੀ ਮੁਹਾਲੀ 'ਚ ਨਹੀਂ ਚੰਡੀਗੜ੍ਹ 'ਚ ਮੋਰਚਾ ਲੱਗੂਗਾ, ਚੰਡੀਗੜ੍ਹ 'ਚ ਮੋਰਚਾ ਲਾਉਣ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਕਿ ਕੇਂਦਰ ਤੱਕ ਸਿੱਧੀ ਆਵਾਜ਼ ਪਹੁੰਚਦੀ ਤੁਹਾਨੂੰ ਲੱਗ ਰਹੀ ਹੈ, ਜਾਂ ਫਿਰ ਲੌਜਿਕ ਕਿਵੇਂ ਦੇਖਦੇ ਹੋ, ਔਰ ਕੀ ਇਹ ਸੰਭਵ ਹੈਗਾ, ਚੰਡੀਗੜ੍ਹ ਦੇ ਨਾਲ ਕੋਈ ਗੱਲਬਾਤ ਹੋਈ ਹੈ? ਮੈਨੂੰ ਇੱਕ ਸਮਝਾਇਓ,
इस देश के वासी असीं भी पंजाब दे और चंडीगढ़ पंजाब की राजधानी है। दो बार चंडीगढ़ पंजाब नूं ट्रांसफर हुंदा हुंदा रुकिया। साडी इह वी मंग है बई जिहड़ा चंडीगढ़ है इह पंजाब दा, पंजाब दे हवाले करो। और इत्थे दी कुछ ब्यूरोक्रेसी ने इदां दा बना लिया और असीं सरेंडर कर गए। मैं समझदा असीं जिहड़े पंजाब दीआं पोलीटिकल पार्टियां जथेबंदियां उहनां दा वी कसूर है। असीं इन्ना छेती सरेंडर कीता उहनां दे अग्गे बई असीं बॉर्डर ते मुड़ के मुड़ जांदे। जे असीं चंडीगढ़ च नहीं पढ़ सकदे फिर सानूं कोई होर तरीके सोचने पैणगे। तुसीं शायद पहलां केरां चूड़ी कसी ਵੀ ਸੀ ਕਹਿੰਦੇ ਚੰਡੀਗੜ੍ਹ ਦੇ ਮਸਲਿਆਂ ਨੂੰ ਲੈ ਕੇ। ਅਸੀਂ ਇੱਕ ਵਾਰੀ ਪਹਿਲਾਂ ਕੀਤਾ ਸੀ, ਇਹੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਜਵਾਬ ਦਿੱਤਾ। ਅਸੀਂ ਕਿਹਾ ਚੰਗਾ ਫਿਰ ਸਾਡੇ ਕੋਲ ਕੀ ਹੈ, ਅਸੀਂ ਚੰਡੀਗੜ੍ਹ ਵਾਸਤੇ ਦੁੱਧ ਔਰ ਸਬਜ਼ੀਆਂ ਨਹੀਂ ਦੇਵਾਂਗੇ। ਜਦੋਂ ਅਸੀਂ ਡਿਊਟੀਆਂ ਲਾਉਣ ਲੱਗੇ ਉਹਦੇ ਚਾਰ ਦਿਨ ਬਾਅਦ ਉਹ ਡਿਊਟੀਆਂ ਦਾ ਇਕੱਠ ਦੇਖ ਕੇ ਹੀ ਆ ਕੇ ਡੀਸੀ ਐਸ ਐਸ ਪੀ ਨੇ ਸਾਡੇ ਨਾਲ ਫੈਸਲਾ ਕਰ ਲਿਆ। ਸਾਨੂੰ ਕਿਹਾ 34 ਚ ਕਰ ਲਓ, 43 ਚ ਕਰ ਲਓ, ਮੱਧਮ ਮਾਰਗ ਤੇ ਅਕਾਲੀ ਦਲ ਦੇ ਦਫ਼ਤਰ ਦੇ ਕੋਲ ਕਰ ਲਓ। ਫਿਰ ਅਸੀਂ ਕਈ ਸਾਲ 34 ਚ ਇੱਥੇ ਧਰਨੇ ਦਿੰਦੇ ਰਹੇ ਹਾਂ। ਔਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬਈ ਪੀਸਫੁਲ ਡੈਮੋਨਸਟ੍ਰੇਸ਼ਨ, ਪੀਸਫੁਲ ਪ੍ਰੋਟੈਸਟ ਸਾਡਾ ਫੰਡਾਮੈਂਟਲ ਰਾਈਟ ਹੈ, ਕੰਸਟੀਟਿਊਸ਼ਨਲ ਰਾਈਟ ਹੈ। ਤੇ ਬਿਊਰੋਕਰੇਸੀ ਨੂੰ ਇਹੀ ਹੈ ਨਾ, ਜੇ ਵਾਇਲੈਂਟ ਹੋਵੋਗੇ ਤਾਂ ਹੀ ਸਾਡੇ ਖਿਲਾਫ਼ ਕਾਰਵਾਈ ਕਰਨਗੇ। ਅਸੀਂ ਏਡਾ ਵੱਡਾ ਅੰਦੋਲਨ 13 ਮਹੀਨੇ ਚਲਾਏ, ਉੱਥੇ ਨਹੀਂ ਵਾਇਲੈਂਟ ਹੋਏ ਤੇ ਅਸੀਂ ਗਰੰਟੀ ਦੇਵਾਂਗੇ ਵੀ ਅਸੀਂ ਇੱਥੇ ਵਾਇਲੈਂਟ ਨਹੀਂ ਹੁੰਦੇ ਔਰ ਅਸੀਂ ਇਨਡਿਸਿਪਲਿਨ ਨਹੀਂ ਕ੍ਰੀਏਟ ਕਰਾਂਗੇ, ਅਸੀਂ ਕਿਸੇ ਨੂੰ ਸ਼ਹਿਰੀ ਨੂੰ ਤਕਲੀਫ਼ ਨਹੀਂ ਖੜੀ। ਅਸੀਂ ਇਹ ਤਾਂ ਲੜਾਈ ਸਾਰੇ ਪੰਜਾਬੀਆਂ ਦੇ ਸਾਰਿਆਂ ਦੀ ਸਾਂਝੀ ਲੜਾਈ ਹੈ। ਇਹਦੀ ਰੂਪਰੇਖਾ ਕੀ ਰਹਿਣ ਵਾਲੀ ਹੈ ਤੁਹਾਡੇ ਇਸ ਅੰਦੋਲਨ ਦੀ, ਜਿਹੜਾ ਤੁਸੀਂ ਕਰਨ ਦੀ ਤਿਆਰੀ ਕਰ ਰਹੇ ਹੋ 18 ਜਨਵਰੀ ਨੂੰ? ਬਿਲਕੁਲ ਉਸੇ ਤਰ੍ਹਾਂ ਜਿਵੇਂ ਦਿੱਲੀ ਬੈਠੇ ਸੀ ਇੱਦਾਂ ਧਰਨਾ ਲਾ ਕੇ ਬੈਠਾਂਗੇ, ਟਰਾਲੀਆਂ ਚਾਹਵਾਂਗੇ, ਉਸੇ ਤਰ੍ਹਾਂ ਬੈਠਾਂਗੇ ਜਦ ਤੀ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ, ਅਸੀਂ ਇੱਥੇ ਬੈਠੇ ਰਹਾਂਗੇ। ਜੀ ਚੰਡੀਗੜ੍ਹ ਦੇ ਨਾਲ ਗੱਲਬਾਤ ਹੋਊਗੀ ਕਿ ਜੇ ਬੈਰੀਅਰ ਰੋਕਣ ਦੀ ਕੋਸ਼ਿਸ਼ ਹੋਈ ਫਿਰ? ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ 8 ਤਾਰੀਖ ਨੂੰ ਅਸੀਂ ਸੋਚਿਆ ਵੀ ਆ ਕੇ ਚੀਫ਼ ਕਮਿਸ਼ਨਰ ਨੂੰ ਮਿਲ ਕੇ ਗੱਲ ਕਰੀਏ, ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੀਏ। ਜੇ ਉਹ ਨਹੀਂ ਕਰਦੇ ਅਸੀਂ ਉਸੇ ਦਿਨ ਆਪਣਾ ਨੈਕਸਟ ਐਕਸ਼ਨ ਡਿਸਾਈਡ ਕਰਾਂਗੇ, ਪਰ ਆਵਾਂਗੇ ਅਸੀਂ ਚੰਡੀਗੜ੍ਹ। ਅੱਛਾ ਰਜਵਾਲ ਸਾਹਿਬ, ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਦਿੱਲੀ ਦੇ ਵਿੱਚ, ਜਦੋਂ ਪ੍ਰਦਰਸ਼ਨ ਹੁੰਦਾ ਤਾਂ ਸਾਰੇ ਕਿਸਾਨ ਆਗੂ ਇਕੱਠੇ ਨਜ਼ਰ ਆਏ ਸੀ। ਔਰ ਇਹ ਤਾਂ ਅਸੀਂ ਨਿੱਕੇ ਹੁੰਦੇ ਉਹ ਕਹਾਣੀ ਵੀ ਪੜ੍ਹਦੇ ਆਏ ਹਾਂ ਕਿ ਏਕਤਾ 'ਚ ਬਲ ਹੈ, ਉਹ ਸੋਟੀਆਂ ਛੱਟੀਆਂ ਤੋੜਨ ਵਾਲੀ ਕਹਾਣੀ ਅਸੀਂ ਪੜ੍ਹਦੇ ਰਹੇ ਨਿੱਕੇ ਹੁੰਦੇ, ਤਾਂ ਉਹ ਏਕਤਾ ਦੇ ਵਿੱਚ ਬਲ ਵਾਲੀ ਜਿਹੜੀ ਕਹਾਣੀ ਹੈ ਉਹ ਕਿਸਾਨ ਆਗੂਆਂ 'ਤੇ ਵੀ ਲਾਗੂ ਹੁੰਦੀ ਹੈ? ਕਿਸਾਨ ਜਥੇਬੰਦੀਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਹੈਗੀ, ਉਹ ਤੁਹਾਨੂੰ ਲੱਗਦਾ ਕਿ ਇਕੱਲੇ ਚੱਲਣ ਨਾਲੋਂ ਇਕੱਠੇ ਚੱਲਣਾ ਜਿਹੜਾ ਹੈਗਾ ਲਾਹੇਵੰਦ ਸਾਬਤ ਹੋ ਸਕਦਾ? ਸ਼ਾਇਦ ਤੁਹਾਨੂੰ ਪਤਾ ਨਹੀਂ, ਹਰ ਜਦੋਂ ਕੋਈ ਇਸ਼ੂ ਉਭਰਦਾ ਨਾ ਉਹਦੀ ਪਹਿਲਾਂ ਤਿਆਰੀ ਕਰਨੀ ਹੁੰਦੀ ਹੈ। ਇਸ਼ੂ ਲੋਕਾਂ ਦੇ ਵਿੱਚ ਲਿਜਾਣਾ ਹੁੰਦਾ, ਲੋਕਾਂ ਦੇ ਵਿੱਚ ਉਹਦੀ ਜਦੋਂ ਲੋਕੀ ਐਕਸੈਪਟ ਕਰ ਲੈਂਦੇ ਨੇ ਇਸ਼ੂ ਨੂੰ ਫਿਰ ਲੜਾਈ ਹੁੰਦੀ ਹੈ। ਪਿਛਲੀ ਜਿਹੜੀ ਲੜਾਈ ਸੀ ਦਿੱਲੀ ਦੀ ਉਹਦੇ 'ਚ ਮੈਂ ਇਕੱਲੇ ਨੇ 2017 ਸ਼ੁਰੂ ਕੀਤੀ ਸੀ। 2017 ਤੇ 2 ਸਾਲ 2.5 ਸਾਲ ਕਦੇ ਇੱਥੇ ਸੈਮੀਨਾਰ, ਕਦੇ ਕੋਈ ਧਰਨੇ ਮੁਜ਼ਾਹਰੇ ਕਰਦੇ ਰਹੇ। ਜੂਨ 2020 'ਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ, ਫਿਰ ਇਕੱਠੇ ਹੋ ਕੇ ਲੜੇ ਸੀ। ਇਸੇ ਤਰ੍ਹਾਂ ਇਹ ਜਿਹੜਾ ਪਾਣੀ ਦਾ ਮੁੱਦਾ, ਇਹ ਮੈਂ ਪਿਛਲੇ 2 ਸਾਲ ਤੋਂ ਮੈਂ ਇਕੱਲਾ ਹੀ ਉਠਾ ਰਿਹਾ, ਮੇਰੇ ਨਾਲ 4 ਜਥੇਬੰਦੀਆਂ ਹੋਰ ਨੇ, ਅਸੀਂ ਉਠਾ ਰਹੇ ਹਾਂ। ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ, ਇਹ ਐਕਸਰਸਾਈਜ਼ ਚੱਲ ਰਹੀ ਹੈ ਤੇ ਆਈ ਹੋਪ ਵਾਹਿਗੁਰੂ ਭਲੀ ਕਰੂਗਾ, ਇਕੱਠੇ ਹੋ ਜਾਵਾਂਗੇ, ਕੋਈ ਦਿੱਕਤ ਨਹੀਂ। ਤਾਂ ਇਕੱਠੇ ਹੋ ਕੇ ਹੁਣ ਪਾਣੀ ਦੀ ਲੜਾਈ ਲੜਨ ਦੀ ਤਿਆਰੀ ਦੇ ਵਿੱਚ ਨੇ ਕਿਸਾਨ ਆਗੂ ਔਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੰਡੀਗੜ੍ਹ ਸਾਡਾ ਪੰਜਾਬ ਦਾ ਅਤੇ ਅਸੀਂ ਕੋਈ ਫੋਰਨਰ ਨਹੀਂ ਹਾਂ। ਪ੍ਰਦਰਸ਼ਨ ਐਤਕੀ ਬਾਰਡਰ 'ਤੇ ਨਹੀਂ, ਐਤਕੀ ਚੰਡੀਗੜ੍ਹ 'ਚ ਹੋਊਗਾ।